ਕਿੱਦਾਂ ਦਾ ਸੀਗਾ ਫਿਰ ਉਹ ਜਦੋਂ ਬੈਠੇ ਸੀਗੇ ਜਾਪ ਹੋ ਰਿਹਾ ਸੀ ਉਹਦੇ ਬਾਅਦ ਫਿਰ ਹੁਣ ਲੈ ਗਏ ਨੇ ਤਾਂ ਕੀ ਕੋਈ ਤਕਰਾਰ ਹੋਈ ਸੀ ਕੀ ਕੋਈ ਗੱਲਬਾਤ ਹੋਈ ਹੈ ਕੱਲ ਵਾਲੇ ਜਥੇ ਨੂੰ ਰਸਤੇ 'ਚ ਰੋਕਿਆ ਗਿਆ ਰੋਕ ਕੇ 36 ਸੈਕਟਰ ਥਾਣੇ 'ਚ ਲੈ ਗਏ ਪਹਿਲਾਂ ਤਾਂ ਧਮਕੀ ਪ੍ਰਸ਼ਾਸਨ ਨੇ ਦਿੱਤੀ ਕਿ ਅਸੀਂ ਇਹਨਾਂ ਤੇ ਕੇਸ ਰਜਿਸਟਰ ਕਰ 200 ਸਿੰਘ ਵਿੱਚੇ ਬੀਬੀਆਂ ਬੱਚੇ ਨੌਜਵਾਨ ਉਸ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨ ਵਾਸਤੇ ਇੱਥੇ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਕੌਮੀ ਇਨਸਾਫ ਮੋਰਚੇ ਤੋਂ ਅਸੀਂ ਗੱਲ ਕਰ ਰਹੇ ਹਾਂ ਇਸ ਟਾਈਮ ਸਾਰੇ ਦਿਨ ਦੀ ਜੱਦੋਜਹਿਦ ਦੇ ਬਾਅਦ ਜਿਹੜਾ 31 ਲੋਕਾਂ ਦਾ ਜਥਾ ਜਿਹੜਾ ਜਾਣਾ ਸੀ ਸਿੰਘਾਂ ਦਾ ਜਥਾ ਜਾਣਾ ਸੀਗਾ ਮੈਂਬਰਸ ਦਾ ਉਹ ਇੱਕ ਪਰਟੀਕੁਲਰ ਪੜਾਅ 'ਤੇ ਆ ਕੇ ਬਹਿ ਗਏ ਸਨ ਉਹਦੇ ਬਾਅਦ ਤੋਂ ਉਹਨਾਂ ਨੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਸੀ 5 ਲੋਕਾਂ ਨੇ ਜਾਣਾ ਸੀ ਇਸ ਤਰੀਕੇ ਦੀ ਇੱਕ ਜਿਹੜੀ ਹੈ ਰਾਏ ਬਣੀ ਸੀ ਪਰ ਫਿਰ ਜਿਹੜੀ ਉਹ ਰਾਏ ਸੀ ਉਹ ਕਿਤੇ ਨਾ ਕਿਤੇ ਵਿਸਰ ਗਈ ਸੀ ਕਿਉਂਕਿ ਉਹਦੇ ਵਿੱਚ ਪ੍ਰਸ਼ਾਸਨ ਅਤੇ ਜਿਹੜੇ ਜਥਾ ਸੀਗਾ ਉਹਦੇ ਵਿੱਚ ਕੁਝ ਕੁ ਗੱਲਾਂ ਸੀਗੀਆਂ ਜਿਹਨਾਂ ਦੀ ਸਹਿਮਤੀ ਨਹੀਂ ਸੀ ਬਣ ਪਾਈ ਹੁਣ ਉਹ 31 ਦੇ 31 ਮੈਂਬਰਾਂ ਨੂੰ ਜਿਹੜਾ ਹੈਗਾ ਉਹ ਚੰਡੀਗੜ੍ਹ ਪੁਲਿਸ ਆਪਣੇ ਨਾਲ ਲੈ ਗਈ ਹੈ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਉਹਦੇ ਬਾਅਦ ਅਸੀਂ ਬਾਪੂ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਦਾ ਸੀਗਾ ਫਿਰ ਉਹ ਜਦੋਂ ਬੈਠੇ ਸੀਗੇ ਜਾਪ ਹੋ ਰਿਹਾ ਸੀ ਉਹਦੇ ਬਾਅਦ ਫਿਰ ਹੁਣ ਲੈ ਗਏ ਨੇ ਤਾਂ ਕੀ ਕੋਈ ਤਕਰਾਰ ਹੋਈ ਸੀ ਕੀ ਕੋਈ ਗੱਲਬਾਤ ਹੋਈ ਹੈ ਦੇਖੋ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਸੀ ਕੌਮੀ ਇਨਸਾਫ ਮੋਰਚੇ ਵੱਲੋਂ ਵੀ 31 ਮੈਂਬਰਾਂ ਦਾ ਜਥਾ ਗ੍ਰਿਫਤਾਰੀ ਲਈ ਭੇਜਿਆ ਜਾਵੇਗਾ CM ਦੀ ਕੋਠੀ ਅੱਗੇ ਜਾਏਗਾ ਪ੍ਰੋਗਰਾਮ ਇਹ ਸੀ ਵੀ ਸ਼ਾਂਤਮਈ ਉੱਥੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਉੱਥੋਂ 2 ਘੰਟੇ ਧਰਨਾ ਦੇਵੇਗਾ ਪਰੰਤੂ ਉਸ ਕੱਲ੍ਹ ਵਾਲੇ ਜਥੇ ਨੂੰ ਰਸਤੇ 'ਚ ਰੋਕਿਆ ਗਿਆ ਰੋਕ ਕੇ 36 ਸੈਕਟਰ ਥਾਣੇ 'ਚ ਲੈ ਗਏ ਉਹਨਾਂ ਨੂੰ ਪਹਿਲਾਂ ਤਾਂ ਧਮਕੀ ਪ੍ਰਸ਼ਾਸਨ ਨੇ ਦਿੱਤੀ ਕਿ ਅਸੀਂ ਇਹਨਾਂ 'ਤੇ ਕੇਸ ਰਜਿਸਟਰਡ ਕਰਦੇ ਹਾਂ ਉਹਦੀ ਜਾਣਕਾਰੀ ਸਾਡੇ ਕੋਲ ਪਹੁੰਚੀ ਉੱਥੇ ਗੱਲ ਇਹ ਹੋ ਗਈ ਜਿਹੜੀ ਸੰਗਤਾਂ ਅੰਦਰ ਸੀ 31 ਮੈਂਬਰ ਸੀ ਉਹ ਬਜਿੱਦ ਹੋ ਗਏ ਵੀ ਕਰਨ ਦਿਓ ਇਹਨਾਂ ਨੂੰ ਸਰਕਾਰ ਨੂੰ ਕੇਸ ਕਰਨ ਦਿਓ ਸਾਨੂੰ ਜੇਲ੍ਹ ਭੇਜਣ ਦਿਓ ਕਿਉਂਕਿ ਇੱਕ ਸਿੱਖ ਪਰੰਪਰਾਵਾਂ ਅਨੁਸਾਰ ਨਾ ਤਾਂ ਸਿੱਖ ਨੇ ਮਾਫ਼ੀ ਮੰਗਣੀ ਹੈ ਨਾ ਹੀ ਉਹਦੀ ਜ਼ਮਾਨਤ ਕਰਾਉਣੀ ਹੈ ਉਹਦੇ ਤਹਿਤ ਜਦੋਂ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ 500 ਦਾ ਜਥਾ ਭੇਜਣਾ ਗ੍ਰਿਫਤਾਰੀ ਵਾਸਤੇ ਕਿਉਂਕਿ ਇਹ ਜਿਹੜਾ ਜਥਾ ਇੱਕ ਸ਼ਾਂਤਮਈ ਰੂਪ 'ਚ ਜਾਣਾ ਸੀ ਉਹਦਾ ਇੱਕ ਜੇਲ੍ਹ ਭਰੋ ਅੰਦੋਲਨ 'ਚ ਅਸੀਂ ਉਹਨੂੰ ਤਬਦੀਲ ਕਰ ਰਹੇ ਸੀ ਪਰੰਤੂ ਉਸ ਤੋਂ ਜਲਦੀ ਇਹ ਬਾਅਦ ਪ੍ਰਸ਼ਾਸਨ ਨੇ ਉਹਨਾਂ ਨੂੰ ਰਿਲੀਜ਼ ਕਰਕੇ ਭੇਜ ਦਿੱਤਾ ਸੋ ਅੱਜ ਵੀ ਜਿਹੜਾ 31 ਮੈਂਬਰੀ ਜਥਾ ਆਇਆ ਸੀ ਤਿਆਰ ਕਰਕੇ ਪਰ ਸੰਗਤਾਂ 'ਚ ਇੰਨਾ ਉਤਸ਼ਾਹ ਹੈ ਕਿ ਅੱਜ ਬਦੋ ਬਦੀ ਸਟੇਜ ਤੋਂ 200 ਸਿੰਘ ਵਿੱਚੇ ਬੀਬੀਆਂ ਬੱਚੇ ਨੌਜਵਾਨ ਉਸ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨ ਵਾਸਤੇ ਇੱਥੇ ਪਹੁੰਚੇ ਸੋ ਪ੍ਰਸ਼ਾਸਨ ਨੇ ਇੱਥੇ ਹੀ ਬੈਰੀਗੇਟ ਲਾ ਕੇ ਉਹਨਾਂ ਨੂੰ ਰੋਕ ਲਿਆ ਸੀ ਕਾਫੀ ਜੱਦੋਜਹਿਦ ਹੋਈ ਪਹਿਲਾਂ ਤਾਂ 5 ਦਾ ਸੀ ਵੀ 5 ਨੂੰ CM ਦੀ ਕੋਠੀ ਅੱਗੇ ਭੇਜਿਆ ਜਾਵੇਗਾ ਪਰੰਤੂ ਉਹ ਸਾਡੇ ਵਜਿੱਦ ਰਹੇ ਵੀ ਅਸੀਂ ਤਾਂ ਸਾਰਿਆਂ ਨੇ ਜਾਣਾ ਆਖਰ ਪ੍ਰਸ਼ਾਸਨ ਨਾਲ ਹੋ ਕੇ ਉਹਨਾਂ ਨੇ ਹੁਣ 31 ਮੈਂਬਰ ਲੈ ਕੇ ਗਏ ਹੈ ਹੁਣ ਦੇਖਦੇ ਹਾਂ ਉਹਨਾਂ ਨੂੰ ਕਿੱਥੇ ਲੈ ਕੇ ਜਾਣਗੇ ਅਰੈਸਟ ਕਰਨਗੇ ਜੇ ਉਹਨਾਂ ਦੀ ਅਰੈਸਟ ਪਾਉਣਗੇ ਕੇਸ ਰਜਿਸਟਰਡ ਕਰਨਗੇ ਤਾਂ ਸਾਡਾ ਉਹੀ ਵਾਰਨਗੇ ਸਰਕਾਰ ਨੂੰ ਬਈ ਅਸੀਂ ਇੱਕ ਇਸ ਅੰਦੋਲਨ ਨੂੰ ਜੇਲ੍ਹ ਭਰੋ ਅੰਦੋਲਨ 'ਚ ਵੀ ਤਬਦੀਲ ਕਰ ਦੇਣਾ ਤਾਂ ਕਿ ਇਹਨਾਂ ਦੀਆਂ ਜੇਲ੍ਹਾਂ ਸਾਨੂੰ ਸਾਂਭਣ ਵਾਸਤੇ ਵੀ ਘੱਟ ਪੈ ਜਾਣਗੀਆਂ ਸੋ ਉਹ 31 ਮੈਂਬਰ ਗਏ ਆ ਹੁਣ ਦੇਖਦੇ ਹਾਂ ਕੀ ਹੁੰਦਾ ਬਾਪੂ ਜੀ ਜਦੋਂ ਅਸੀਂ ਸਵੇਰੇ ਇੱਥੇ ਦੇਖ ਰਹੇ ਸੀ ਜਦੋਂ ਜਿਹਾ ਚੱਲ ਰਹੀ ਸੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਲਗਾਤਾਰ ਹੋ ਰਹੀ ਸੀ ਅਤੇ ਇੱਕ ਸਹਿਮਤੀ ਬਣ ਗਈ ਸੀਗੀ 5 ਬੰਦਿਆਂ ਦਾ ਜਥਾ ਤਿਆਰ ਵੀ ਹੋ ਗਿਆ ਸੀਗਾ ਉਹ ਜਾਣ ਵੀ ਲੱਗੇ ਸੀਗੇ ਫਿਰ ਕੁਝ ਉਹਨਾਂ ਦੇ ਜਿਹੜੇ ਅਸਤਰ ਸੀਗੇ ਉਹਨਾਂ ਨੂੰ ਲੈ ਕੇ ਕੁਝ ਪੁਲਿਸ ਦੇ ਨਾਲ ਗਹਿਮਾ ਗਹਿਮੀ ਇਹ ਗੱਲ ਹੋ ਗਈ ਸੀਗੀ ਕਿ ਉਹ ਕਹਿੰਦੇ ਜੀ ਤੁਸੀਂ ਅਸਤਰ ਜਿਹੜੇ ਨੇ ਉਹ ਕਹਿੰਦੇ ਹਥਿਆਰ ਦੱਸਦੇ ਸੀਗੇ ਉਹਨਾਂ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ ਅਤੇ ਫਿਰ ਉਸਦੇ ਬਾਅਦ ਐਂ ਸੀ ਵੀ 5-5 ਕਰਕੇ ਜਾਵਾਂਗੇ 144 ਲਾਈ ਹੋਈ ਹੈ ਤਾਂ ਕਰਕੇ ਕਿਉਂਕਿ ਪੁਲਿਸ ਨੇ ਪ੍ਰਸ਼ਾਸਨ ਨੇ ਲਾਈ ਹੋਈ ਸੀਗੀ ਅਤੇ ਹੁਣ ਜਿਹੜਾ ਤੁਹਾਡੇ ਕੋਲ ਕੀ ਜਾਣਕਾਰੀ ਆਈ ਉਹਨਾਂ ਦੇ ਕੇਸ ਰਜਿਸਟਰ ਕੀਤੇ ਗਏ ਆ ਕੀ ਇਸ ਟਾਈਮ ਤਾਜ਼ਾ ਤਰੀਨ ਹਾਲਾਤ ਕੀ ਨੇ ਉਹ ਦੇਖੋ ਜਿਹੜੀ 5 ਸਿੰਘਾਂ 'ਤੇ ਸਹਿਮਤੀ ਹੋਈ ਸੀ ਉਹ ਜਾ ਹੋਈ ਸੀ CM ਦੀ ਕੋਠੀ ਅੱਗੇ ਲਿਜਾਣ ਵਾਸਤੇ ਪਰੰਤੂ ਪ੍ਰਸ਼ਾਸਨ ਵਾਰ ਵਾਰ ਉਹਨਾਂ ਬਹਾਨੇ ਬਣਾ ਰਿਹਾ ਸੀ ਵੀ ਇਹਨਾਂ ਕੋਲ ਹਥਿਆਰ ਹੈ ਦੇਖੋ ਕਿਰਪਾਨ ਜਾਂ ਬਰਛਾ ਸਿੱਖਾਂ ਦਾ ਰਵਾਇਤੀ ਹਥਿਆਰ ਹੈ ਗੁਰੂ ਸਾਹਿਬ ਨੇ ਬਖਸ਼ਿਆ ਇਸ 'ਤੇ ਕੋਈ ਪਾਬੰਦੀ ਨਹੀਂ ਅਸੀਂ ਆਪਣਾ ਰਵਾਇਤੀ ਹਥਿਆਰ ਭਾਵੇਂ ਕਿਰਪਾਨ ਹੈ ਭਾਵੇਂ ਹੋਰ ਲੈ ਕੇ ਜਾ ਸਕਦੇ ਹਾਂ ਪਰ ਉਹ ਪ੍ਰਸ਼ਾਸਨ ਇੱਕ ਬਹਾਨੇ ਲੱਭ ਰਿਹਾ ਸੀ ਉਹਨੂੰ ਰੋਕਣ ਵਾਸਤੇ
हूँ 31 मैंबरों नूं लै के गए हैं। अजे देखते हैं भी सरकार उन्हां दे परचा दर्ज करती है, जेल भेजती है, वो अगला प्रोग्राम उस दे हिसाब असीं अगला एक्शन लेना। बहुत बहुत धन्यवाद जी। साढ़े सिंह बापू जी उन्होंने गलबात की, उन्होंने कहा है कि हजे जड़ा है एक बार बेशक 31 मैंबर जड़े ने उन्होंने गिरफ्तारी पा के चंडीगढ़ पुलिस लै गई है, पर हुण अगे की प्रोग्राम होएगा असीं सलाह मशवरा कर रहे हैं और देखते हैं कि अगला प्रोग्राम किस तरीके उलीकना है। कैमरा परसन सरबजीत दे नाल बिंदू सिंह चंडीगढ़, तुसीं देखदे रहो D5 चैनल पंजाबी। होएगी किसानां दी गल, नवीं खेती मशीनां, बीजां ते बागां दी गल, लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार सवेरे 7:30 D5 चैनल पंजाबी ते। की हुंदी है जमाबंदी, किवें बनदी है वसीयत, जमीन जायदाद के हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी, हुणे सबस्क्राइब करो, बेल आइकन ते क्लिक करो। निडर हां, निरपक्ष रहांगे, आजाद हां, सच कहांगे, गल करांगे सियासी हवा दी, होणगे हुकमराना नूं सिद्धे सवाल, सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कनेडा दी हर सियासी खबर लेके आवांगे तुहाडे वल, उभरांगे पंजाब दी आवाज बन, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोक।